ਅਸੀਂ ਮੁਸਤਫਾ ਦਾ ਜ਼ਿਕਰ ਕਿਉਂ ਕਰਨੇ ਆ, ਅਸੀਂ ਮਿਲਾਦ ਮੁਸਤਫਾ ਕਿਉਂ ਮਨਾਉਂਦੇ ਆ, ਅਸੀਂ ਜ਼ਿਕਰ ਇਸ ਵਾਸਤੇ ਕਰਨੇ ਆ ਤੇ ਮੇਰੇ ਮੁਸਤਫਾ ਦੀ ਆਮਦ ਦਾ ਜ਼ਿਕਰ, ਮੇਰੇ ਮੁਸਤਫਾ ਦੇ ਆਉਣ ਦੀਆਂ ਦੁਆਵਾਂ ਅੱਲਾਹ ਦੇ ਨਬੀ ਕਰਦੇ ਰਹੇ ਨੇ। ਹਜ਼ਰਤ ਪਿਆਰੇ ਸ਼ਹੀਦਨਾ ਇਬਰਾਹੀਮ ਅਲੈਹਿ ਸਲਾਤ ਵਸਲਾਮ ਮਿਜ਼ਾਬੇ ਰਹਿਮਤ ਥੱਲੇ ਖੜੇ ਹੋ ਜਾਂਦੇ ਨੇ, ਰੱਬੇ ਕਾਇਨਾਤ ਦੀ ਬਾਰਗਾਹ ਦੇ ਅੰਦਰ ਇੰਜ ਦੱਸੇ ਸਵਾਲ ਦਰਾਜ਼ ਕਰਦੇ ਨੇ, ਅਰਜ਼ ਕਰਦੇ ਨੇ, ਅੱਲਾਹੁਮ ਰੱਬਨਾ ਵਬਅਸ ਫੀਹਿਮ ਰਸੂਲਾ, ਯਾ ਅੱਲਾਹ ਤੇਰਾ ਘਰ ਬੈਤੁੱਲਾ ਸ਼ਰੀਫ ਮੈਂ ਬਣਾ ਛੱਡਿਏ, ਇਹਨੂੰ ਆਬਾਦ ਕਰਨ ਵਾਲਾ ਨਬੀ ਹੁਣ ਤੂੰ ਦੁਨੀਆ ਤੇ ਭੇਜ ਦੇ। ਰੱਬ ਆਲਮੀਨ ਦੇ ਪਿਆਰੇ ਮਹਬੂਬ ਦੇ ਗੁਲਾਮੋ, ਇਹ ਰੱਬ ਦੇ ਨਬੀ ਮੇਰੇ ਮੁਸਤਫਾ ਦਾ ਜ਼ਿਕਰ ਕਰਦੇ ਪਏ ਨੇ। ਹਜ਼ਰਤ ਮੂਸਾ ਕਲੀਮੁੱਲਾ ਦੀ ਬਾਤ ਕਰ ਲੈਂਦੇ ਹਾਂ। ਹਜ਼ਰਤ ਮੂਸਾ ਕਲੀਮੁੱਲਾ ਨੂੰ ਖਾਲਕੇ ਕਾਇਨਾਤ ਨੇ ਤੁਰਾਤ ਦੀਆਂ ਤਖਤੀਆਂ ਅਤਾ ਫਰਮਾਈਆਂ ਨੇ, ਅਸੀਂ ਮੁਸਤਫਾ ਦਾ ਜ਼ਿਕਰ ਕਿਉਂ ਕਰਨੇ ਹਾਂ? ਅੱਲਾਹ ਦੇ ਮਹਬੂਬ ਦਾ ਜ਼ਿਕਰ ਰੱਬ ਦੇ ਨਬੀਆਂ ਨੇ ਫਰਮਾਇਆ, ਮੇਰੇ ਕਰੀਮ ਲਜਪਾਲ ਸੋਹਣੇ ਮਹਬੂਬ ਫਰਮਾਉਂਦੇ ਨੇ, ਹਜ਼ਰਤ ਮੂਸਾ ਕਲੀਮੁੱਲਾ ਨੂੰ ਜਦੋਂ ਖਾਲਕੇ ਕਾਇਨਾਤ ਨੇ ਤੁਰਾਤ ਸ਼ਰੀਫ ਅਤਾ ਫਰਮਾਈਏ, ਰੱਬ ਆਲਮੀਨ ਦਾ ਨਬੀ ਹਜ਼ਰਤ ਮੂਸਾ ਕਲੀਮੁੱਲਾ ਰੱਬ ਦੀ ਬਾਰਗਾਹ ਅਰਜ਼ ਕਰਦੇ ਨੇ, ਮੌਲਾ ਜਿਹੜਾ ਤੂੰ ਕਰਮ ਮੇਰੇ ਤੇ ਕੀਤਾ ਹੈ ਹੋਰ ਕਿਸੇ ਤੇ ਨਹੀਂ ਫਰਮਾਇਆ, ਪਹਿਲੇ ਤੂੰ ਮੈਨੂੰ ਸ਼ਰਫੇ ਹਮ ਕਲਾਮ ਹੋਣ ਦਾ ਸ਼ਰਫ ਅਦਾ ਫਰਮਾਇਆ, ਫਿਰ ਮੈਨੂੰ ਤੁਰਾ ਸ਼ਰੀਫ ਅਦਾ ਕੀਤੀ ਹੈ, ਯਾ ਅੱਲਾ ਜਿਹੜਾ ਕਰਮ ਤੂੰ ਮੇਰੇ ਤੇ ਫਰਮਾਇਆ ਹੈ ਹੋਰ ਕਿਸੇ ਤੇ ਨਹੀਂ ਫਰਮਾਇਆ ਹੋਵੇਗਾ। ਹਜ਼ਰਤ ਗ੍ਰਾਮੀ ਕਦਰ ਅੱਲਾ ਦੀ ਬਾਰਗਾਹ ਚ ਪੈਗਾਮ ਆਇਆ, ਹੈ ਪਿਆਰੇ ਕਲੀਮ ਇਸ ਗੱਲ ਤੇ ਮਾਣ ਨਾ ਕਰ, ਇਸ ਗੱਲ ਤੇ ਮਾਣ ਨਾ ਕਰ ਕਿ ਤੈਨੂੰ ਮੈਂ ਤੁਰਾਤ ਅਦਾ ਫਰਮਾਈਏ, ਤੈਨੂੰ ਸ਼ਰਫੇ ਹਮ ਕਲਾਮ ਹੋਣ ਦਾ ਸ਼ਰਫ ਅਦਾ ਫਰਮਾਇਆ, ਇਸ ਗੱਲ ਤੇ ਮਾਣ ਨਾ ਕਰ, ਬਲਕਿ ਮੇਰੀ ਤੋਹੀਦ ਤੇ ਮੇਰੇ ਮੁਸਤਫਾ ਮੇਰੇ ਮਹਬੂਬ ਦੀ ਮੁਹੱਬਤ ਤੂੰ ਜ਼ਿੰਦਗੀ ਗੁਜ਼ਾਰਨੀ ਹੈ, ਜ਼ਿੰਦਗੀ ਗੁਜ਼ਾਰਨੀ ਹੈ, ਜ਼ਿੰਦਗੀ 'ਤੇ ਰਹਿਣਾ ਹੀ, ਜ਼ਿੰਦਾ ਰਹਿਣਾ ਹੀ ਅਤੇ ਮੇਰੀ ਤੋਹੀਦ ਅਤੇ ਮੇਰੇ ਮਹਬੂਬ ਦੀ ਮੁਹੱਬਤ 'ਚ ਰਹਿਣਾ ਹੀ, ਦੁਨੀਆ ਤੂੰ ਜਾਣਾ ਹੀ, ਮੇਰੇ ਮਹਬੂਬ ਦੀ ਮੁਹੱਬਤ ਜਾਨ ਦੇਣੀ ਹੈ। ਅਰਜ਼ ਕਰਦੇ ਨੇ ਮੌਲਾ ਇਹ ਤੇਰਾ ਮਹਬੂਬ ਕੌਣ ਹੈ? ਰੱਬੁਲ ਆਲਮੀਨ ਨੇ ਫਰਮਾਇਆ, ਉਹ ਮੇਰਾ ਪਿਆਰਾ ਕਲੀਮ, ਇਹ ਮੇਰਾ ਉਹ ਸ਼ਾਨ ਵਾਲਾ ਨਬੀ ਹੈ, ਇਹ ਮੇਰਾ ਉਹ ਸ਼ਾਨ ਵਾਲਾ ਨਬੀ ਹੈ, ਅਗਰ ਮੈਂ ਇਹਨੂੰ ਨਾ ਬਣਾਉਣਾ ਹੁੰਦਾ, ਨਾ ਮੈਂ ਜ਼ਮੀਨ ਬਣਾਉਂਦਾ, ਨਾ ਆਸਮਾਂ ਬਣਾਉਂਦਾ, ਨਾ ਚੰਨ ਬਣਾਉਂਦਾ, ਨਾ ਸੂਰਜ ਬਣਾਉਂਦਾ, ਨਾ ਮੁਕਰਰ ਫਰਿਸ਼ਤੇ ਬਣਾਉਂਦਾ, ਨਾ ਨਬੀਆਂ ਦੀ ਜਮਾਤ ਨੂੰ ਬਣਾਉਂਦਾ। ਇਹ ਪਿਆਰੇ ਕਲੀਮ, ਅਗਰ ਇਸ ਮੇਰੇ ਮਹਬੂਬ ਨੇ ਇਹਦੀ ਉਮਤ ਨੇ ਦੁਨੀਆ 'ਤੇ ਨਾ ਆਉਣਾ ਹੁੰਦਾ, ਇਹ ਪਿਆਰੇ ਕਲੀਮ ਮੈਂ ਤੈਨੂੰ ਵੀ ਪੈਦਾ ਨਾ ਫਰਮਾਉਂਦਾ। ਰੱਬੁਲ ਆਲਮੀਨ ਦਾ ਨਬੀ ਹਜ਼ਰਤ ਮੂਸਾ ਕਲੀਮੁੱਲਾ ਅਰਜ਼ ਕਰਦੇ ਨੇ, ਮੌਲਾ ਅਗਰ ਉਹ ਏਡੀ ਸ਼ਾਨ ਵਾਲਾ ਹੈ, ਉਹਦੀ ਉਮਤ ਏਡੀ ਸ਼ਾਨ ਵਾਲੀ ਹੈ, ਤੇ ਮੈਂ ਤੇਰੀ ਬਾਰਗਾਹ 'ਚ ਦੁਆ ਕਰਨਾ ਵਾਂ, ਕਾਸ਼ ਤੂੰ ਮੈਨੂੰ ਨਬੀ ਨਾ ਬਣਾਇਆ ਹੁੰਦਾ, ਆਪਣੇ ਮਹਬੂਬ ਦਾ ਉਮਤੀ ਬਣਾਇਆ ਹੁੰਦਾ। ਨਾਰਾਏ ਤਕਬੀਰ, ਨਾਰਾਏ ਰਿਸਾਲਤ, ਨਾਰਾਏ ਹੈਦਰੀ, ਨਾਰਾਏ ਗੌਸੀਆ, ਜਸ਼ਨੇ ਮਿਲਾਦੇ ਮੁਸਤਫਾ ਜ਼ਿੰਦਾਬਾਦ। ਮੁਸਤਫਾ ਦੀ ਉਮਤ ਵਾਸਤੇ ਨਬੀ ਦੁਆਵਾਂ ਕਰਦੇ ਨੇ ਤੇ ਮੁਸਤਫਾ ਦੇ ਉਮਤੀ ਇੰਜ ਸੁੱਤੇ ਪਏ ਨੇ ਜਿਵੇਂ ਨੀਂਦਰ ਆਈ। ਆਖੋ ਜ਼ਰਾ ਸੁਭਾਨ ਅੱਲਾ, ਜਿਹੜੇ ਜਾਗਦੇ ਹੋ ਬੁਲੰਦ ਹੱਥ ਕਰਕੇ ਆਖੋ ਜ਼ਰਾ ਸੁਭਾਨ ਅੱਲਾ, ਸੁਭਾਨ ਅੱਲਾ। ਮੇਰੇ ਮੁਸਤਫਾ ਕਰੀਮ ਅਕਾਲ ਇਸਲਾਮ ਦੇ ਗੁਲਾਮੋ, ਅਸੀਂ ਸਰਕਾਰ ਦਾ ਜ਼ਿਕਰ ਐਵੇਂ ਨਹੀਂ ਕਰਦੇ, ਅਸੀਂ ਤਾਂ ਕਰਨੇ ਹਾਂ ਕਿ ਅੱਲਾਹ ਦੇ ਨਬੀਆਂ ਨੇ ਮੇਰੇ ਮੁਸਤਫਾ ਦਾ ਜ਼ਿਕਰ ਕੀਤਾ ਹੈ। ਈਸਾ ਅਲੈਹਿ ਸਲਾਮ ਦਾ ਦੌਰੇ ਖਿਲਾਫ ਨਬੂਵਤ ਆਇਆ, ਅੱਲਾਹ ਦੇ ਨਬੀ ਈਸਾ ਅਲੈਹਿ ਸਲਾਮ ਨੇ ਆਪਣੇ ਹਵਾਰੀਆਂ ਨੂੰ ਇਕੱਠਾ ਕੀਤਾ, ਕਲਮਾ ਪੜ੍ਹਨ ਵਾਲ ਨੂੰ ਇਕੱਠਾ ਕਰਕੇ ਫਰਮਾਇਆ, ਉਹ ਮੇਰਾ ਕਲਮਾ ਪੜ੍ਹਨ ਵਾਲਿਓ, ਮੈਂ ਦੁਨੀਆ ਤੋਂ ਜਾ ਰਿਹਾ, ਮੇਰੇ ਤੋਂ ਬਾਅਦ ਇੱਕ ਨਬੀ ਆਏਗਾ, ਤੁਹਾਨੂੰ ਮੈਂ ਉਹਦੀ ਖੁਸ਼ਖਬਰੀ ਸੁਣਾਉਣਾ ਜਿਹੜਾ ਦੁਨੀਆ 'ਤੇ ਆਏਗਾ। ਮੁਬਸ਼ਿਰਮ ਬਿਰਸੂਲੀ ਯਾ ਤੀ ਮਿੰ ਬਾਦ ਇਸਮਹੂ ਅਹਿਮਦ, ਆਏਗਾ ਖੁਸ਼ਖਬਰੀ ਸੁਣਾਉਣਾ, ਉਹ ਸ਼ਾਨ ਵਾਲਾ ਇੱਜ਼ਤ ਵਾਲਾ ਰਸੂਲ ਆਏਗਾ ਜਿਹਦਾ ਨਾਮ ਹੈ ਨਾਮੀ ਇਸਮੇ ਗ੍ਰਾਮੀ ਦੁਨੀਆ 'ਤੇ ਅਹਿਮਦ ਹੋਵੇਗਾ। ਮੇਰੇ ਮੁਸਤਫਾ ਦਾ ਜ਼ਿਕਰ ਅੱਲਾ ਦੇ ਨਬੀ ਕਰਦੇ ਰਹੇ, ਇਸ ਵਾਸਤੇ ਅਸੀਂ ਸਰਕਾਰ ਦਾ ਮਿਲਾਦ ਮਨਾਉਂਦੇ ਹਾਂ ਕਿ ਇਨਸ਼ਾ ਅੱਲਾ ਸੌ ਹੱਥ ਰੱਸਾ ਸਿਰੇ ਤੇ ਗੰਢ ਇੱਕ ਗੱਲ ਕਰਕੇ ਤੇ ਬਾਅਦ ਨੂੰ ਪੂਰਾ ਕਰਨੇ ਹਾਂ। ਅਸੀਂ ਸਰਕਾਰ ਦਾ ਮਿਲਾਦ ਕਿਉਂ ਮਨਾਉਂਦੇ ਹਾਂ? ਖੁਦ ਛੋਟਾ ਜਿਹਾ ਪਰਿੰਦਾ ਹੈ, ਚਿਖਾ ਦੇ ਅੰਦਰ ਇਬਰਾਹੀਮ ਅਲੈਹਿ ਸਲਾਮ ਨੇ ਉਹ ਚੁੰਝ ਵਿੱਚ ਪਾਣੀ ਭਰ ਕੇ ਲਿਆਉਂਦਾ ਹੈ, ਅੱਗ ਤੇ ਸੁੱਟਦਾ ਹੈ, ਅੱਗ ਬੁਝਾਉਣ ਦੀ ਕੋਸ਼ਿਸ਼ ਕਰਦਾ ਹੈ, ਕਿਸੇ ਸਵਾਲ ਕੀਤਾ, ਇਹ ਖੁਦ ਤੇਰੀ ਇਸ ਚੁੰਝ ਦੇ ਪਾਣੀ ਨਾਲ ਇਹ ਅੱਗ ਬੁਝ ਵੀ ਨਹੀਂ ਜਾਣੀ, ਤੂੰ ਸੜ ਸਕਣਾ, ਸਵਾਹ ਹੋ ਸਕਣਾ, ਖਤਮ ਹੋ ਸਕਣਾ, ਫਿਰ ਇਹ ਇੰਨੀ ਮਿਹਨਤ ਕਾਹਦੇ ਵਾਸਤੇ ਕਰਦਾ ਪਈ ਹੈ? ਖੁਦ ਕਹਿੰਦਾ ਮੈਨੂੰ ਵੀ ਪਤਾ ਹੈ ਕਿ ਮੇਰੀ ਇਸ ਚੁੰਝ ਦੇ ਪਾਣੀ ਨਾਲ ਇਹ ਅੱਗ ਨਹੀਂ ਬੁਝ ਸਕਦੀ, ਮੇਰੀ ਜਾਨ ਜਾ ਸਕਦੀ ਹੈ, ਮੈਂ ਸੜ ਸਕਣਾ, ਸਵਾਹ ਹੋ ਸਕਣਾ, ਨਿਸਤੋ ਨਬੂਦ ਹੋ ਸਕਣਾ, ਪਰ ਮੇਰਾ ਇੱਕ ਅਕੀਦਾ ਹੈ ਜਿਵੇਂ ਸਾਡਾ ਮੇਰਾ ਤੁਹਾਡਾ ਅਕੀਦਾ ਹੈ। ਕਿ ਖੁਦ ਕਹਿੰਦਾ ਹੈ ਜਦੋਂ ਕੱਲ੍ਹ ਕਿਆਮਤ ਦਾ ਦਿਨ ਹੋਣਾ ਹੈ, ਅੱਲਾਹ ਕਰੀਮ ਨੇ ਹਜ਼ਰਤ ਇਬਰਾਹੀਮ ਅਲੈਹਿ ਸਲਾਮ ਨਾਲ ਮੁਹੱਬਤ ਕਰਨ ਵਾਲਿਆਂ ਨੂੰ ਆਵਾਜ਼ ਦੇਣੀ ਹੈ ਅਤੇ ਉਹਨਾਂ ਵਿੱਚ ਮੇਰਾ ਨਾਂ ਵੀ ਆ ਜਾਏਗਾ।
असी यह मिलाद मुस्तफा मना के आने या रसूल अल्लाह असी गुनाहगार हां सियाकार हां बद किरदार हां सोने साढ़े पल्ले कख नहीं है पर तू लज पा ले जो कल कयामत दिन होना है मुहब्बत मुस्तफा रखने वाले नूं आवाज आएगी तो इंशाल्लाह उन्हां दे विच साडा नाम भी आ जाएगा। बस यही अकीदा लैके मिलाद मुस्तफा मनाने हैं क्योंकि रब ने मनाया है अल्लाह के नबिया ने मनाया है तो कयामत तक मेरे मुस्तफा दे गुलाम मनाते रहेंगे। रब्बुल आलमीन दे प्यारे महबूब अलैहि सलातो व सलाम दे गुलाम मुहब्बत मुस्तफा दी बात करदा जावां। रब्बुल आलमीन दे प्यारे महबूब तशरीफ फरमाने खालिक कायनात दे प्यारे महबूब दे गुलाम हजरत सैयदना अनस बिन मालिक रजी अल्लाह तआला अन्हु रिवायत फरमांदे ने बुखारी शरीफ दी हदीस पाक जिल्द नंबर 1 सफा नंबर 911 अल्लाह रब्बुल आलमीन दे प्यारे महबूब तशरीफ फरमाने एक बुड्ढा जिहा बाबा मुस्तफा दी बारगाह चलदा चलदा आ जांदा है। बुड्ढा जिहा बाबा आके मुस्तफा दी बारगाह सवाल करदा है मदीने वाले अज एक मसला पुछना है एक अर्जी लेके आया एक तेरी बारगाह गुजारिश लेके आया मेरे मुस्तफा करीम अकाली सलाम दे गुलाम सरकार दो आलम नूरे मुजस्सम सल्लल्लाहु अलैहि वसल्लम ने इरशाद फरमाया दस बाबा की पूछना चाहना है। अर्ज करदा मदीने वाले अज पूछना ए चाहना वा कयामत कदों आनी है कयामत कदों आनी है। अल्लाह रब्बुल आलमीन दे प्यारे महबूब ने फरमाया गुलामा लगदा है नमाजा बड़िया पढ़िया नी रोजे बड़े रखे नी हजा बड़िया कीतिया नी ज़कातो खरादातो शरफ दी बारगाह च बड़ा पेश करदा रहे इस वास्ते जन्न कयामत दे बारे सवाल पिया करने अर्ज करदा है मदीने वाले ना ते नमाजा ते माने ना रोजियां ते माने ना हज्जा ते माने ना ज़कातो खैरात ते माने अल्लाह दे नबी ने फरमाया फिर किस मान दे सवाल पिया करने अर्ज करदा है वला किन्नी उहिब्बुल्लाह व रसूलहु सुनिया होर ते कुछ भी पल्ले नहीं है मैं अल्लाह नल भी प्यार करना वा ते अल्लाह दे महबूब नल भी प्यार करना वा। इंशाअल्लाह मुहब्बत मुस्तफा दुनिया अंदर भी काम आएगी कब्र अंदर भी काम आएगी हशर वाले दिन भी काम आएगी। तो सरकार ने हम सुन के यही फरमाया मेरा गुलाम तू तो नमाजा भी थोड़िया पढ़िया ने रोजे भी कम रखे हुए ने हज भी थोड़े किए नहीं ज़कातो खैरात तोशा भी रब की बारगाह च पेश नहीं हो कीता तेरी बख्शिश नहीं हो सकती ना ना अल्लाह के नबी ने फरमाया मेरा गुलाम फिर खुश हो जा तेनू दुनिया अंदर जिंदे नाल मुहब्बत है कल कयामत वाले दिन तू उनके नाल होवेगा इंशाअल्लाह। आखो जरा इंशाअल्लाह मैं एक जगह पर बयान करने वास्ते गया निशाता उत्थे कल्ला दा नेक बंदा मौजूद से उन्हें कहा कि मुसलमान महबूब दे गुलाम रोजाना दो नफल पढ़िया कर शुकराने दे दो नफल पढ़िया कर हजूर कादे वास्ते कि रब दा शुक्र अदा करया करके मैं सरकार दी उम्मत चो पैदा होया वा सरकार दा उम्मतियां ते फिर वह उम्मतियां जिहड़ा सरकार नूं मनन वाला है कलमा तो सारे ही पढ़ते ने पर मनदा कोई कोई है हजरत ग्रामी कदर असा मनिया ते इंज मनिए जिवें मेरे मुस्तफा दे सहाबा ने मनिया है। रब्बुल आलमीन दे प्यारे महबूब अलैहि सलातो व सलाम दे गुलाम मेरे मुस्तफा ने फरमाया बाबा तू नमाजा बड़िया थोड़िया पढ़िया ने तू रोजा बड़े कम रखे ने तू हज नहीं किया ज़कातो खरादातो शरफ की बारगाह च पेश नहीं किया जा तेरी बख्शिश नहीं हो सकती ना ना अल्लाह रब्बुल आलमीन दे प्यारे महबूब ने फरमाया मेरा गुलाम ओ बाबा तू की आखदा पी है अल्लाह नाल मुहब्बत करना वा अल्लाह दे महबूब नाल मुहब्बत करना वा मेरे मुस्तफा ने फरमाया जा कल कयामत दा दिन होवेगा जिंदे नाल दुनिया ते मुहब्बत करना है तेनू उंदा साथ नसीब हो जाएगा। हजरते गिरामी कदर साडी मुहब्बत अपने पीर मुर्शिद दे नाल साडे पीर मुर्शिद दी मुहब्बत सिलसिला ब सिलसिला चलदी होई सरकारे गौसे पाक दे नाल सरकारे गौसे पाक दी मुहब्बत हजरते मौला अली शेर खुदा दे नाल हजरते मौला अली शेर खुदा दी मुहब्बत हजरते मेरे मुस्तफा दे नाल ते मेरे मुस्तफा दा ताल्लुक रब्बे कायनात दे नाल इंशाल्लाह सिलसिला ब सिलसिला असी स्टेप बाय स्टेप चढ़ते जा रहे ये नहीं कि असी आके यकदम छाल मार के असी रब तक पहुंच जाइए ना ना अल्लाह अल्लाह करने से अल्लाह नहीं मिलता ये अल्लाह वाले हैं जो अल्लाह से मिला देते हैं। रब्बुल आलमीन दे प्यारे महबूब दे गुलाम मुस्तफा दी मुहब्बत दी बात हजरत रबिया बिन काब रजी अल्लाह तआला ने मेरे मुस्तफा दा गुलाम है सारे गुलाम घरां नूं चले जांदे रात दा वक्त होना इस गुलाम ने मुसल्ला लै लेना लोटा पानी दा भर लेना अल्लाह रब्बुल आलमीन दे प्यारे महबूब दी बारगाह च खड़ा हो जांदा है जिन्ना मुस्तफा नाल मुहब्बत कीती रब ने की नाम अता फरमाया रब्बुल आलमीन दे प्यारे महबूब अली मुसलाम दा गुलाम हजरत रबिया रजी अल्लाह तआला ने जिहड़े ने रोजाना लोटा मुसल्ला लैके मुस्तफा दी बारगाह च खड़े हो जांदे ने करीम लजपाल सोने महबूब
महबूब मेरे मुस्तफा का गुलाम इंतजार खड़ा हो जाता है अल्लाह का नबी कदों बेदार हो मेरे मुस्तफा कदों जागणगे उन्हां दी बारगाह च पानी पेश कर दियांगा मुसल्ला पेश कर दियांगा हजरात गिरामी कदर मेरे मुस्तफा करीमा अली सलाम दे गुलाम सरकार रोज वजू करते ने नमाज तहज्जुद दे नवाफिल पढ़ते ने एक दिन मेरे आका वजू फरमा रहे ने वजू करदिया करदिया ज़ेहन अनवर च ख्याल आया की ख्याल आया ये अजीब गुलाम है सारे घरां नूं चले जांदे ने जाके अपने घरां विच बिस्तर ते आराम करदे ने एक अजीब गुलाम है जिहड़ा सारी रात खड़ा होके मेरा इंतजार करता रहिंदा है इंतजार करता रहिंदा है इंतजार करता रहिंदा है कदों आमना दा लाल बिदार होवेगा मुस्तफा कदों जागणगे मैं पानी पेश कर दियांगा मैं लोटा पेश कर दियांगा मैं मुसल्ला पेश कर दियांगा हजरात गिरामी कदर इमाम अलंबिया अलैहि सलातो व सलाम दे गुलामो मेरे मुस्तफा करीम अली सलाम ने एक दिन वजू कर दिया फरमाया ए रबिया सारे सौ जांदे नी तू मेरे इंतजार च खड़ा रहना है नींदर कुर्बान करना है बिस्तर नु छड़ के आ जाना है तेनू अपने घर बार का ख्याल नहीं तेनू अपनी नींदर का ख्याल नहीं मेरे मुस्तफा करीम अली सलाम दे गुलामो हुण सरकार उन्हों मुहब्बत दा उन्हों पैरा देन दा उन्हों पानी पेश करन दा उन्हों मुसल्ला पेश करन दा इनाम अता करन लगे ने अल्लाह रब्बुल आलमीन दे प्यारे महबूब ने फरमाया या रबिया तो सल ए रबिया नींदर कुर्बान करन दा बिस्तरा छड़न दा घर नू छड़न दा अज मैं तेनू इनाम अता करना चाहना अर्ज करदे ने सुनिया की इनाम अता करना चाहते हो मेरे नबी ने फरमाया या रबिया तो सल अज जो भी मंगेगा मैं नबी अता कर देंगा जो मंगेगा अता कर देंगा तो हूँ कोई साढ़े वर्ग आता कहना सुनिया को माल दे छड़ दरमो दिनार दे छड़ या फलां बाग मेरे ना कर दे या इन्ना बैंक बैलेंस मेरे अकाउंट जमा करवा दे ना ना उस मुस्तफा दा तरबियत याफ्ता गुलाम अर्ज करदा सुनिया मैं मंगण ते आया तुसी अता करन ते आए हो ते फिर अता ए करो जिवें इत्थे तुहाडी खिदमत पिया करना जन्नत च वी तुहाडी एवें खिदमत करदा रहा मेरे मुस्तफा फरमाया रबिया सल माशेता होर कुछ मांग ला जन्नत लभ भी जानी जे होर कुछ मांग ले अर्ज करदा सोना तुझको तुझी से मांग कर मैंने मांग ली सारी कायनात मुझसा कोई गदा नहीं तुझसा कोई सखी नहीं आका जिन्हां नूं तुसी लभ जो नूं कायनात दी हर चीज मिल जाती है कायनात की हर चीज मिल जाती है हजरत गिरामी कदर मेरे मुस्तफा करीम अली सलाम दे गुलामो सरकार दा गुलाम दस्ता पिया जिन्नो मुस्तफा नाल मुहब्बत हो जाए मुस्तफा नाल प्यार हो जाए कायनात की दौलत एक पासे मुस्तफा की मुहब्बत एक पासे सईदना फरूक आजम मेरे मुस्तफा की बारगाह चादर आका ने फरमाया उमर उमर तेरा ईमान किहो जिहा है आंदा सुनिया अगर तुसी हुक्म करो मैं माल कुरबान कर देंगा तुसी हुक्म फरमाओ मैं माल कुरबान कर देंगा अपनी जायदाद कुरबान कर देंगा अपना कबीला कुरबान कर देंगा अपना वतन कुर्बान कर दियांगा सोने फरमाया ते जान आंदा सोनिया जान ते बड़ी प्यारी है ए ते मैं कुर्बान नहीं कर सकदा कुछ दिन तो बाद फिर सरकार दा गुलाम आया मेरे मुस्तफा दा गुलाम आंदे ने मेरे मुस्तफा उमर मेरे नाल किन्ना प्यार करना है आंदा सोना माल आखो पेश कर दियांगा जान जायदाद आखो पेश कर दियांगा कबीला आखो पेश कर दियांगा वतन आखो पेश कर दियांगा सरकार फरमाया जान आंदा सोनिया जान ते बड़ी अजीब है बड़ी अजीज है मेरे मुस्तफा फरमाया हाले तू ईमानदार नहीं होया चंद दिन तो बाद उमर फिर आए अल्लाह के नबी ने फिर वो सवाल किए मेरे मुस्तफा ने आखिर से पूछा ते जान आंदा सोनिया जान भी तेरे नाम तो कुर्बान कर देंगा सोनिया जान भी तेरे तो कुर्बान कर देंगा अल्लाह के नबी ने फरमाया माल भी कुर्बान करना है जायदाद भी कुर्बान करना है दूसरा औलाद भी कुर्बान करना है ते वतन भी कुर्बान करना है ते अपनी जान भी कुर्बान करना है हुण तू पक्का ते सुच्चा ईमानदार बन गया है तन मन धन हर चीज जरा बंदा अपने मुस्तफा ते कुर्बान करे वो सच्चा ते पक्का ईमानदार होंदा है वो सच्चा ते पक्का मोहब्बत की गल छेड़ा फिर थोड़ी समाल दस दी भी के मौलवी साहब काम मुकाओ लंगर लियाओ ताकि लंगर सरकार दा खाइए लंगर भी खाना चाहिए जिंदा खाइए फिर उनके गीत भी गाने चाहिए आ पिछले जरा चुके आखो सुभान अल्लाह एक बार फिर आखो जरा सुभान अल्लाह पहले माशाल्लाह स्टेज छड़ी तुहाडा बहुत ज्यादा तुहाडा जोर लवाया तुसीं तां पता नहीं हुण चुप हो के मौलवी ने पता नहीं किन्ना को जोर लवाना है बस मैं चंद घड़ियां तुहाडे सामने होर सरकार दी अर्जा पेश करनियां ने गुजारिशात ते इंशाअल्लाह जिन्हें मुहब्बत नाल मेरे मुस्तफा दा जिक्र सुनना है इस जिक्र की बरकत नाल रब्बे कायनात ने इत्थे भी बेड़ा पार करना है कब्रशर च बेड़ा पार फरमा देना है
ਅਰਬ ਆਲਮੀ ਦੇ ਪਿਆਰੇ ਮਹਬੂਬ ਅਲੈਹਿ ਸਲਾਤੁ ਵਸਲਾਮ ਦੇ ਗੁਲਾਮ ਮੱਕਾਤੁਲ ਮੁਕਰਮਾ ਦੇ ਸ਼ਹਿਰ ਦੀ ਗਲੀਆਂ ਦੀ ਸੈਰ ਕਰਾਵਾਂ ਮੇਰੇ ਮੁਸਤਫਾ ਕਰੀਮ ਅਲੈਹਿ ਸਲਾਤੁ ਵਸਲਾਮ ਚੱਲਦੇ ਹੋਏ ਰੱਬ ਆਲਮੀ ਦੇ ਪਿਆਰੇ ਮਹਬੂਬ ਰਾਤ ਦਾ ਵਕਤ ਹੈ ਮੇਰੇ ਮੁਸਤਫਾ ਨੇ ਇਸ਼ਾ ਦੀ ਨਮਾਜ਼ ਪੜ੍ਹੀ ਹੈ ਕਰੀਮ ਲਜਪਾਲ ਸੋਹਣੇ ਮਹਬੂਬ ਅਲੈਹਿ ਸਲਾਤੁ ਵਸਲਾਮ ਦੇ ਗੁਲਾਮ ਸਰਕਾਰ ਚੱਲਦੇ ਜਾ ਰਹੇ ਨੇ ਯਕਦਮ ਮੇਰੇ ਮੁਸਤਫਾ ਦੇ ਕੰਨਾਂ ਮੁਬਾਰਕਾਂ ਦੇ ਅੰਦਰ ਕਿਸੇ ਦੇ ਰੋਣ ਦੀਆਂ ਆਵਾਜ਼ਾਂ ਆ ਰਹੀਆਂ ਨੇ ਮੁਹੱਬਤ ਮੁਸਤਫਾ ਦੀ ਬਾਤ ਕਰਨ ਲੱਗਾ ਜਿਨ੍ਹਾਂ ਨੇ ਮੇਰੇ ਮੁਸਤਫਾ ਨਾਲ ਪਿਆਰ ਕੀਤਾ ਹੈ ਜਿਨ੍ਹਾਂ ਨੇ ਮੇਰੇ ਮੁਸਤਫਾ ਨਾਲ ਮੁਹੱਬਤ ਕੀਤੀ ਹੈ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਅੰਦਰ ਮੇਰੇ ਮੁਸਤਫਾ ਦਾ ਜ਼ਿਕਰ ਕੀਤਾ ਹੈ ਅੱਲਾਹ ਕਰੀਮ ਨੇ ਇੱਥੇ ਵੀ ਸ਼ਾਨਾਂ ਅਤਾ ਫਰਮਾਈਆਂ ਨੇ ਦੁਨੀਆਂ ਅੰਦਰ ਵੀ ਸ਼ਾਨਾਂ ਅਤਾ ਕੀਤੀਆਂ ਨੇ ਇੱਜ਼ਤਾਂ ਅਤਾ ਕੀਤੀਆਂ ਨੇ ਕਬਰ ਅੰਦਰ ਵੀ ਕਾਮਯਾਬੀ ਹੋਵੇਗੀ ਬਲਕਿ ਰਹਿੰਦੀ ਦੁਨੀਆਂ ਤੱਕ ਉਹਨਾਂ ਦਾ ਨਾਮ ਜ਼ਿੰਦਾ ਹੋ ਜਾਵੇ ਤੇ ਰਹੇਗਾ ਮੇਰੇ ਮੁਸਤਫਾ ਕਰੀਮ ਅਲੈਹਿ ਸਲਾਮ ਚੱਲਦੇ ਜਾ ਰਹੇ ਨੇ ਮੇਰੇ ਮੁਸਤਫਾ ਦੇ ਕੰਨਾਂ ਮੁਬਾਰਕਾਂ ਦੇ ਅੰਦਰ ਕਿਸੇ ਦੇ ਰੋਣ ਦੀ ਆਵਾਜ਼ ਆਈਏ ਨਾ ਅੱਲਾ ਰੱਬੁਲ ਆਲਮੀਨ ਦੇ ਪਿਆਰੇ ਮਹਬੂਬ ਦੇ ਕਦਮ ਰੁਕ ਜਾਂਦੇ ਨੇ ਮੇਰੇ ਕਰੀਮ ਲਜਪਾਲ ਸੋਹਣੇ ਮਹਬੂਬ ਨੇ ਇੰਜ ਕੰਨ ਲਾ ਕੇ ਸੁਣਿਆ ਹੈ ਇੱਕ ਪਾਸੋਂ ਆਵਾਜ਼ਾਂ ਪਿਆਉਂਦੀਆਂ ਨੇ ਕੋਈ ਬੜੇ ਦਰਦਾਂ ਦੇ ਨਾਲ ਸਿਸਕੀਆਂ ਲੈ ਕੇ ਰੋਂਦਾ ਪਿਆ ਹੈ ਬੜੀਆਂ ਆਵਾਂ ਭਰ ਕੇ ਰੋਂਦਾ ਪਿਆ ਹੈ ਹਜ਼ਰਾਤ ਗ੍ਰਾਮੀ ਕਦਰ ਮੇਰੇ ਮੁਸਤਫਾ ਕਰੀਮ ਅਲੈਹਿ ਸਲਾਮ ਨੇ ਗੌਰ ਨਾਲ ਵੇਖਿਆ ਹੈ ਇੱਕ ਟੁੱਟਾ ਜਿਹਾ ਦਰਵਾਜ਼ਾ ਹੈ ਜਿਹਦੀ ਅੰਦਰੋਂ ਕੁੰਡਰੀ ਲੱਗੀ ਹੋਈ ਹੈ ਹਜ਼ਰਾਤ ਗ੍ਰਾਮੀ ਕਦਰ ਕੁੰਡੀ ਲੱਗੀ ਹੋਈ ਹੈ ਮੇਰੇ ਮੁਸਤਫਾ ਚੱਲਦੇ ਚੱਲਦੇ ਦਰਵਾਜ਼ੇ ਦੇ ਕਰੀਬ ਆਏ ਨੇ ਮੇਰੇ ਆਕਾ ਨੇ ਅੰਦਰੋਂ ਬਾਹਰੋਂ ਆਵਾਜ਼ ਇੱਕ ਫਰਮਾਇਆ ਰੋਣ ਵਾਲਿਆਂ ਜ਼ਰਾ ਬੂਆ ਖੋਲ ਤੇ ਸਹੀ ਮੈਂ ਪੁੱਛਣਾ ਚਾਹੁੰਦਾ ਤੈਨੂੰ ਅੱਜ ਕਿਹੜੀਆਂ ਤਕਲੀਫਾਂ ਬਣ ਗਈਆਂ ਨੇ ਅੱਜ ਕਿਹੜੀਆਂ ਮੁਸੀਬਤਾਂ ਬਣ ਗਈਆਂ ਨੇ ਏਡੀਆਂ ਦਰਦਾਂ ਦੇ ਨਾਲ ਸਿਸਕੀਆਂ ਲੈ ਕੇ ਰੋਂਦਾ ਪਿਆ ਵਜ੍ਹਾ ਕੀ ਹੈ ਹਜ਼ਰਾਤ ਗ੍ਰਾਮੀ ਕਦਰ ਰੋਣ ਵਾਲੇ ਨੇ ਆਵਾਜ਼ ਦੇ ਕੇ ਆਖਿਆ ਆਉਣ ਵਾਲਿਆਂ ਮੈਂ ਉੱਠ ਨਹੀਂ ਸਕਣਾ ਵਾਂ ਮੈਂ ਬਿਮਾਰ ਹਾਂ ਮੈਂ ਕੁੰਡਾ ਖੋਲ ਨਹੀਂ ਸਕਣਾ ਵਾਂ ਮੇਰੇ ਮੁਸਤਫਾ ਨੇ ਫਰਮਾਇਆ ਅਗਰ ਤੂੰ ਉੱਠ ਨਹੀਂ ਸਕਣਾ ਹੈ ਕੁੰਡਾ ਖੋਲ ਨਹੀਂ ਸਕਣਾ ਹੈ ਮੈਨੂੰ ਇਜਾਜ਼ਤ ਦੇ ਮੈਂ ਕੁੰਡਾ ਆਪੇ ਹੀ ਖੋਲ ਲੈਣਾ ਵਾਂ ਆਉਣ ਵਾਲੇ ਜਦੋਂ ਇੰਨੀ ਗੱਲ ਫਰਮਾਈ ਹੈ ਘਰ ਵਾਲੇ ਨੇ ਕਿਹਾ ਤੈਨੂੰ ਇਜਾਜ਼ਤ ਦੇ ਮੇਰੇ ਮੁਸਤਫਾ ਨੇ ਨਬੂਵਤ ਵਾਲਾ ਹੱਥ ਦਰਵਾਜ਼ੇ ਤੇ ਰੱਖੀ ਹੈ ਦਰਵਾਜ਼ਾ ਖੁੱਲ ਜਾਂਦਾ ਹੈ ਮੇਰੇ ਮੁਸਤਫਾ ਅੰਦਰ ਦਾਖਲ ਹੋਏ ਨੇ ਕਰੀਮ ਲਜਪਾਲ ਸੋਹਣੇ ਮਹਬੂਬ ਨੇ ਵੇਖਿਆ ਇੱਕ ਕਾਲੇ ਰੰਗ ਦਾ ਗੁਲਾਮ ਖਾਲੀ ਜ਼ਮੀਨ ਤੇ ਲੇਟਿਆ ਹੋਇਆ ਹੈ ਅੱਖਾਂ ਵਿੱਚ ਆਂਸੂ ਨੇ ਬੜੇ ਦਰਦਾਂ ਦੇ ਨਾਲ ਰੋਂਦਾ ਵੀ ਹੈ ਬੜੇ ਦਰਦਾਂ ਦੇ ਨਾਲ ਰੋਂਦਾ ਵੀ ਹੈ ਆਵਾਂ ਭਰਦਾ ਵੀ ਹੈ ਸਿਸਕੀਆਂ ਲੈ ਕੇ ਦਰਦਾਂ ਨਾਲ ਰੋਂਦਾ ਵੀ ਹੈ ਮੇਰੇ ਮੁਸਤਫਾ ਕਰੀਮ ਅਲੈਹਿ ਸਲਾਮ ਚੱਲਦੇ ਚੱਲਦੇ ਉਹਦੇ ਕਰੀਬ ਆ ਕੇ ਬਹਿ ਜਾਂਦੇ ਨੇ ਉਹਦਾ ਹੱਥ ਪਕੜ ਕੇ ਆਪਣੇ ਹੱਥ ਵਿੱਚ ਲੈ ਲੈਂਦੇ ਨੇ ਤੇ ਮਿੱਠੀ ਜਿਹੀ ਆਵਾਜ਼ ਨਾਲ ਫਰਮਾਉਂਦੇ ਨੇ ਬੇਲੀਆ ਕੀ ਗੱਲ ਬਣੀ ਆਈ ਕਿਉਂ ਪਿਆ ਰੋਣਾ ਰੋਣ ਦੀ ਵਜ੍ਹਾ ਕੀ ਹੈ ਹਜ਼ਰਾਤ ਗ੍ਰਾਮੀ ਕਦਰ ਮੇਰੇ ਮੁਸਤਫਾ ਕਰੀਮ ਅਲੈਹਿ ਸਲਾਮ ਦੀ ਮਿੱਠੀ ਜਿਹੀ ਆਵਾਜ਼ ਜਦੋਂ ਰੋਣ ਵਾਲੇ ਦੇ ਕੰਨਾਂ ਵਿੱਚ ਪਈ ਹੈ ਉਹਦੀਆਂ ਸਿਸਕੀਆਂ ਹੋਰ ਉੱਚੀ ਹੋ ਜਾਂਦੀਆਂ ਨੇ ਹੋਰ ਦਰਦਾਂ ਨਾਲ ਰੋਣ ਲੱਗ ਪੈਂਦਾ ਹੈ ਮੇਰੇ ਨਬੀ ਨੇ ਫਰਮਾਇਆ ਬੇਲੀਆ ਰੋਂਦਾ ਕਿਉਂ ਵੇ ਜ਼ਰਾ ਵਜ੍ਹਾ ਤੇ ਦੱਸ ਕੀ ਗੱਲ ਬਣੀ ਆਈ ਰੋਣ ਵਾਲਾ ਕਹਿੰਦਾ ਆਉਣ ਵਾਲਿਆ ਅੱਜ ਤਿੰਨ ਦਿਨ ਹੋ ਗਏ ਨੇ ਮੈਨੂੰ ਬੁਖਾਰ ਚੜਿਆ ਹੋਇਆ ਮੈਂ ਉਮਈਆ ਬਿਨ ਖਲਫ ਦਾ ਗੁਲਾਮ ਸਾਰਾ ਦਿਨ ਪਹਾੜਾਂ ਦੇ ਅੰਦਰ ਬੱਕਰੀਆਂ ਚਰਾਉਂਦਾ ਰਹਿੰਦਾ ਵਾ ਰਾਤ ਪੈਂਦੀ ਏ ਦਾਣੇ ਦੇ ਜਾਂਦਾ ਪੀਂਦੀਆਂ ਲੰਘ ਜਾਂਦੀ ਏ ਇੰਨ ਤਿੰਨ ਦਿਨ ਹੋ ਗਏ ਨੀ ਦਾਣੇ ਨਹੀਂ ਪੀਸੇ ਗਏ ਸੁਬਾ ਮੇਰੇ ਮਾਲਕ ਨੇ ਆਉਣਾ ਏ ਅਗਰ ਮੈਂ ਦਾਣੇ ਨਾ ਪੀ ਸਕਿਆ ਉਹਨੇ ਮੈਨੂੰ ਮਾਰਨਾ ਏ ਤਕਲੀਫਾਂ ਦੇਣੀਆਂ ਨੇ ਹਜ਼ਰਾਤ ਗ੍ਰਾਮੀ ਕਦਰ ਰੱਬੁਲ ਆਲਮੀਨ ਦੇ ਪਿਆਰੇ ਮਹਬੂਬ ਅਲੈਹਿ ਸਲਾਮ ਦੇ ਗੁਲਾਮੋ ਮੇਰੇ ਮੁਸਤਫਾ ਨੇ ਆਪਣੀ ਮੁਜ਼ੰਮਲ ਵਾਲੀ ਕੰਬਲੀ ਨੂੰ ਆਪਣੇ ਕੰਧੇ ਤੋਂ ਉਤਾਰਿਆ ਤੈ ਲਗਾ ਕੇ ਸਿਰਾਣਾ ਬਣਾਏ ਜ਼ਮੀਨ ਤੇ ਰੱਖ ਕੇ ਫਰਮਾਇਆ ਨਾ ਰੋ ਅੱਜ ਆਰਾਮ ਤੂੰ ਕਰੇਗਾ ਤੇਰੇ ਦਾਣੇ ਮੈਂ ਪੀਵਾਂ ਸੁਭਾਨ ਅੱਲਾਹ ਅੱਜ ਤੂੰ ਆਰਾਮ ਕਰੇਗਾ ਤੇਰੇ ਦਾਣੇ ਮੈਂ ਪੀਵਾਂਗਾ ਹਜ਼ਰਾਤ ਗ੍ਰਾਮੀ ਕਦਰ ਗੁਲਾਮ ਕਹਿੰਦੇ ਸੋਚਦਾ ਪਿਆ ਕਿ ਮੈਨੂੰ ਕੋਈ ਆਪਣੇ ਕਰੀਬ ਨਹੀਂ ਬੁਲਾਉਂਦਾ ਮੇਰੇ ਨਾਲ ਕੋਈ ਗੱਲਬਾਤ ਨਹੀਂ ਕਰਦਾ ਮੇਰਾ ਰੰਗ ਇੰਨਾ ਕਾਲਾ ਮੈਨੂੰ ਕੋਈ ਬੁਲਾਉਣਾ ਗੁਵਾਰਾ ਨਹੀਂ ਕਰਦਾ ਇਹ ਆਉਣ ਵਾਲਾ ਕਿੱਡਾ ਹਸੀਨੋ ਜਮੀਲ ਹੈ ਇਹਦਾ ਹੁਸਨ ਕਿੱਡਾ ਸੋਹਣਾ ਇਹਦਾ ਚਿਹਰਾ ਕਿੱਡਾ ਪਿਆਰਾ ਇਹਦਾ ਇਖਲਾਕ ਕਿੱਡਾ ਪਿਆਰਾ ਹੈ ਜਿਹਨੇ ਆ ਕੇ ਮੇਰਾ ਹਾਲ ਚਾਲ ਪੁੱਛਿਆ ਮੇਰੇ ਕਰੀਬ ਆ ਕੇ ਬਹਿ ਗਏ ਆਪਣੀ ਚਾਦਰ ਦੇ ਨਾਲ ਮੈਨੂੰ ਸਿਰਾਣਾ ਬਣਾ ਕੇ ਆਉਂਦਾ ਤੂੰ ਆਰਾਮ ਕਰ ਮੈਂ ਤੇਰੇ ਦਾਣੇ ਪੀਣਾ ਉਹਨੂੰ ਨੀਂਦਰ ਨਹੀਂ ਆ ਰਹੀ ਨੀਂਦਰ ਨਹੀਂ ਆ ਰਹੀ ਹਜ਼ਰਾਤ ਗ੍ਰਾਮੀ ਕਦਰ ਉਹਨੇ ਸਿਰਾਣੇ ਤੇ ਸਿਰ ਰੱਖਿਆ ਸੋਹਣੇ ਚਿਹਰੇ ਵੱਲ ਵੇਖੀ ਜਾ ਰਹੀ ਹੈ ਅੱਲਾ ਦੇ ਨਬੀ ਚੱਲਦੇ ਚੱਲਦੇ ਚੱਕੀ ਦੇ ਕਰੀਬ ਆ ਜਾਂਦੇ ਨੇ ਮੇਰੇ ਮੁਸਤਫਾ ਨੇ ਆਪਣੇ ਯਦੁੱਲਾ ਵਾਲੇ ਹੱਥ ਦੇ ਨਾਲ ਇੰਜ ਦਾਣੀਆਂ ਦੀ ਲੱਪ ਭਰੀ ਹੈ ਚੱਕੀ ਦੇ ਗਾਲੇ ਵਾਲੀ ਜਗ੍ਹਾ ਤੇ ਦਾਣੇ ਪਾਏ ਨੇ ਹੱਥੀ ਤੇ ਹੱਥ ਰੱਖੀਏ ਗੁਲਾਮ ਕਹਿੰਦੇ ਹੱਥ ਲੱਗਣ ਦੀ ਦੇਰੇ
चक्की आपे ही चलन लग पई है। सुभान अल्लाह। चक्की आपे ही चलन लग पई है। रब आलमीन दे प्यारे महबूब दे गुलाम गुलाम कहंदा है, पहले कई कई दिन लंघ जाने मेरे कोल दाने ना मुकणे, आण वाले ने चंद घड़ियां अंदर तिना दिनां दे दाने मुका के आटा तैयार कर छड़िया है, आटा तैयार कर छड़िया है। हुण जदों दाने पी के फारग हो गया, मैनू आंदा बेलिया तू आराम कर, मैं कल फेर आवांगा तेरे वास्ते मक्के दे बाजार चो दवाई भी लैंदा आवांगा। हजरत गिरामी कदर मेरे मुस्तफा करीम अली सलाम दे गुलाम दुआ दिन पिया, मेरे मुस्तफा करीम अली सलाम दे गुलाम गुलाम बकरियां लेके पहाड़ा विच गई है, पहाड़ा विच गई है, वह बकरियां वल कोई ख्याल नहीं, सारा दिन उहदे कन्नां दे अंदर मेरे मुस्तफा दियां आवाज़ां गूंजदियां रहियां, अखां दे सामने अल्लाह दे नबी दा चेहरा रिहा। मेरे मुस्तफा करीम अली सलाम दे गुलाम मेरे मुस्तफा करीम अली सलाम दा कलमा पढ़न वाले हो, मेरे मुस्तफा दे जिक्र दी महफल सजाण वाले हो, गुलाम बकरियां चरा के शाम दा वेला जल्दी जल्दी घर आए, पहले दिन मेरे आका आए सन दरवाजा बंद सी, गुलाम उठ नहीं सी सकदा, पर जदों अज आका आए ने गुलाम दरवाजा खोल के इंतजार पिया करदा है, कदों सोना आएगा दीदार कराएगा, मेरे बेकरार दिल नूं चैन पहुंचाएगा। हज़रत गिरामी कदर इमाम अलंबिया अलैहि सलाम ने इशा दी नमाज पढ़ी, हुण सरकार मक्के दे बाजार चों दवाई लैके ते खुरामा खुरामा चले उस गुलाम दे हुजरे वल आ रहे ने, मेरे मुस्तफा आए ने, गुलाम बुआ खोल के इंतजार पिया करदा है। रब्बुल आलमीन दे प्यारे महबूब अलैहिस्सलाम दे गुलाम मेरे मुस्तफा घड़े दे करीब गए, प्याला पानी दा भरे है, गुलाम दे सामने दवाई पेश करके फरमांदे ने, बेलिया तैनू बुखार चढ़िया होया सी, तेरे वास्ते दवाई लैके आया, ऐ लै पहले दवाई खा ले। गुलाम कहंदा सुनिया दवाई बाद च खावांगा, पहले मैनू अपना तारफ ते कराओ। मेरे नबी ने फरमाया तू अपना तारफ कर, तेरा नाम की है? आंदा सुनिया मेरा नाम है बिलाल। मेरे नबी ने फरमाया तू बिलाल है, मैं आमना दलाल। सुभान अल्लाह। तू बिलाल है ते मैं आमना दलाल हाँ। आपने फरमाया तू सुनया होगा मक्के जक नबी आया है, आंदा जी सुनया सुनया ते है, मेरा मालक जेड़ा ना मैया बिन खलफ अबू जाल नल अबू लाब नल गल्ला करदा है कि आ कदी आंदा कि नौज बिलाल जादू करे फलाए फलाए, आंदे मेरे मुस्तफा ने फरमाया मैं ओही नबी हां जदों सरकार दा नामे नामी इसमे ग्रामी सुनया ते बिलाल कद ने सोना जल्दी जल्दी कलमा पढ़ा के मैनू अपना गुलाम बना लो। सरकार ने कलमा पढ़ाया, गुलाम कलमा पढ़ लिया, हुण चलदा फिरदा उठदा बहिंदा दाने पींदा बकरियां चारदा सरकार दा जिक्र। एक दिन रात दा वेला है, चक्की चला रही है, चक्की चला रही है, नाले सरकार दा जिक्र पे करदे। उमैया बिन खलफ दी बीवी उठी, चलदी चलदी हजरत बिलाल दे कमरे दे करीब आई, कलमा पढ़न दी आवाज़ आ रही ने, उन्हें आवाज़ सुनी, अपने खामन कोल गई, उन्हें जाके कहंदी आ वेख खांदा तेरा है पहनदा तेरा है हुजरे तेरे विच रहंदा है कीमत तू भरी है पर जिक्र तेरे दुश्मन दा करदा पिया है। हजरत गिरामी कदर उमैया बिन खलफ उठिया, ठुड्डा मार के दरवाजा खोलिया, बिलाल नु आके वालां तो पकड़ के घसीटदा होया बाहर लै के हाथे गैबी विचों आवाज़ आउंदी, बिलाल तकड़ा हो जा, हुण तेरी मुहब्बत दा मुल पैण लगा है, हुण तेरी मुहब्बत दा इम्तिहान शुरू होण लगा है। हज़रात गिरामी कदर उमैया बिन खलफ बिलाल नूं फरमांदा है ऐ बिलाल कलमा छड़ दे जान चली जाएगी। बिलाल ने फरमाया ऐ उमैया ऐ तन तेरा है जिसम तेरा है, इहदे कोलों बकरियां चरा चरावांगा, दाने पिसवा पीवांगा, जिहड़ा कम आखेंगा करदा रहांगा, पर ए दिल मैं अपने यार नूं दे छड़िया। सुभान अल्लाह। ए दिल मैं अपने यार नूं दे छड़िया है, इस विच मेरे यार दा डेरा है, ते हुण मेरे यार दा ही डेरा रहना है, इहदे विच होर कोई आ सकदा? मेरे आका आला हजरत सैयदी अहमद रजा बरेलवी रहमतुल्ला फरमाते हैं लोगो मेरे दिल को निकाल कर देखो, मेरे दिल को निकाल कर देखो, मेरे दिल के दो टुकड़े करके देखो, एक पर अल्लाह लिखा होगा एक पर मोहम्मद लिखा होगा। बिलाल फरमांदे ने उमैया ऐ दिल मेरे महबूब दा हो गया है, इहदे विच महबूब ही रहना है होर कोई आ सकदा नहीं। हजरात गिरामी कदर बिलाल दी गर्दन ते तलवार रखी है, तकलीफां दे रही है, कदी छाती ते गर्म पत्थर रखे जा रहे ने, कदी जबान ते कोले रखे जा रहे ने, कदी हत्थां पैरां च मेखां ठोकियां जा रहियां ने, कदी गले च रस्सी पा के गलियां अंदर घसीटिया जा रही है। सैयदना सिद्दीक अकबर शहनशाह नक्शबंद वाकफे इसरार नबूवत राजदार राजे रिसालत सैयदना सिद्दीक अकबर रदी अल्लाह तआला अन्हो ने आप नु वेखिया, वेख के आके फरमाया बिलाल मुस्तफा दा जिक्र दिल च कर लिया कर, एडा लजपाल सोहना नबी है दिल दी गल नु भी सुन लैंदा है।
دل دی گل بھی سن لیندا ہے حضرات گرامی قدر بلال وعدہ کیتا کہ آج تو بعد میں دل ذکر کراں گا دعا دن ہویا تے بلال پھر اونچی اونچی ذکر پہ کردے نے مار پیندی پئی ہے صدیق پاک نے فرمایا بلال تینوں کیا سی نا یار دا ذکر دل وچ کریا کر اونچی نہ کریا کر آپ فرماندے نے پیارے صدیق ہن فیصلہ تو کرنا ہے کہ یار دا ذکر اونچی کراں یا آہستہ کراں فرمایا کی فیصلہ آپ نے بارگاہ چرز گن حضور تسا مینوں فرمایا کہ ذکر دل وچ کرنا ہے ذکر دل وچ کرنا ہے میں ذکر دل وچ کیتا انہاں مینوں ماریا کوئی نہ مینوں تکلیف کوئی نہ دتی حضرات گرامی قدر آپ فرماندے نے انہاں مینوں ماریا کوئی نہ مینوں تکلیف دتی کوئی نہ تے سنو جدوں اے مینوں ماردے نے تکلیفاں دیندے نے جدوں اے مینوں ماردے نے نا تے میرے یار دا چہرہ میرے سامنے آ جاندا ہے میں یار دے چہرے وچ ایسا مستغرق ہونا حسن اندر ایسا مستغرق ہونا اے ماردے ماردے تھک جاندے نے مینوں تکلیف ہی نہیں ہوندی ہے ہن تو ہی دس میں یار دا ذکر اونچی کراں یا آہستہ کراں حضرات گرامی قدر صدیق پاک مصطفیٰ دی بارگاہ چ مختصر کردا جا رہے ہاں ہر سرکار غوث پاک دی بھی بات سنانی ہے حضرات گرامی قدر سرکار دی بارگاہ چ آئے عرض کیتا سونا اسلام دا شہین ہے غیراں دے ہتھ وچ میں اونوں لے کے آزاد کرنا چاہنا وا بلال تیرے قدماں دی دھوڑ تو نثار جاواں میرے مصطفیٰ دی بارگاہ چ صدیق انی گل عرض کیتی نا آقا خرید کے آزاد کرنا چاہنا تے میرے مصطفیٰ فرمایا جدوں خریدن جاویں نا اون دی قیمت چ میرا حصہ وی پا لویں میرا حصہ بھی پا لوی حضرات گرامی قدر دعا دن ہویا 2000 دینار جیب وچ پائے ایک رومی غلام چٹے رنگ دا غلام نال لیا امیہ بن خلف کو لائے امیہ بلال نو ماردا پیا ہے تکلیفاں دیندا پیا ہے آپ فرماندے نے امیہ ان دا کی قصور ہے بیچارے دا یہی قصور ہے سرکار دا کلمہ پڑھیا ہے کیوں مارنا ہے کیوں تکلیفاں دینا ہے آندا ہے اے پیارے صدیق اگر تینوں ایڈا ہی درد ہے نا اینو خرید کے آزاد کیوں نہیں کر دینا ہے آپ نے فرمایا گل کر میں تے آیا ہی اسے واسطے ہاں آئے اسے واسطے آندا جو دیو گے میں قبول کر لوں گا آپ نے فرمایا اے چٹے رنگ دا غلام بھی لے لے تے اے 2000 دینار بھی لے لے حضرت گرامی قدر حضرت بلال نو اپنے حصے چ لیا 2000 دینار بھی دے چھڑیا چٹے رنگ دا غلام بھی دے چھڑیا ہن دے کے چلن لگے نا تے پچھو امیہ کہکا مار کے ہسدا ہے کہکا مار کے ہسدا ہے پیارے صدیق فرمایا کیوں ہسے ہیں آندا ہے پیارے صدیق تو بڑا گھاٹے دا سودا کر کے جا رہی ہیں میں تے ویسے اس تو جان چھڑانا چاہندا سا تو 2000 دینار بھی دے چلے ہیں چٹے رنگ دا رومی غلام بھی دے چلے ہیں آپ نے فرمایا او چلیا تو نہیں جاندا تو تے رنگ ویکھ کے سودا کیتا ہے میں بلال دا دل ویکھ کے سودا کیتا ہے سبحان اللہ اگے کیویں فرمایا اے رنگ دا چٹا ہی رنگ دا گورا ہی پر ایندا دل کالا ہی بلال دا رنگ کالا ہی پر دل وچ مدینے والا ہی کی پتا ہے میں کیوں سودا کیتا ہے تے میاں صاحب دی قلم اٹھیا کو سبحان اللہ سبحان اللہ میاں صاحب فرماندے نے قدر پھلاں دا قدر پھلاں دا او گرجے کی جا تے مردے کھاون والی او قدر پھلاندا بلبل جانے اتے صاف دماغ والی تے قدر نبی دا تے دنیا دار کمینے او قدر نبی دا اے سنی جانن اتے صاف جنا دے سینے بلال نو لے کے سرکار وال چلے بلال بڑے کالے کالے قدم چکتے ہوئے مصطفیٰ دی بارگل جا رہے نے میں عالم تصورات اڈاری ماری عرض کیتا بلال اینی جلدی کا دیئے اینی کالی کا دی ہے حضرت بلال فرماندے نے دل کر دے رب پر دے وے اڑ کے سرکار دی بارگاہ چ پہنچ جاواں آئے مصطفیٰ دے نال بلال دی نظراں ملیاں بلال دی نظر میرے مصطفیٰ نال ملی حضرت گرامی قدر حضرت سیدنا بلال حبشی غش کھا کے زمین تے ڈگ گئے جدوں ہوش آیا مصطفیٰ نے چکیا تے سینے دے نال لا لیا تے میرے مصطفیٰ کریم علیہ السلام دے غلامو جدوں سرکار نے سینے دے نال لایا سینے دے نال لایا بلال فرماندے نے مصطفیٰ دا سینہ میرے سینے دے نال لگن دی دے رے زندگی دے سارے دکھ میں مصطفیٰ دے قدماں تے قربان فرما چھڈے سبحان اللہ